ਮਾਨਗਣੀ ਸਾਹਿਬ ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ ਸ਼ਾਹ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਜੀ ਅਲਹਮਦੁਲਿਲਾ। ਚੋਈ ਸਾਹਿਬ, ਅਕਸਰ ਤੁਹਾਡੀਆਂ ਪੋਸਟਾਂ ਦੇਖਦੇ ਆ, ਹਰ ਵਕਤ ਜਿਹੜੀ ਪੋਸਟ ਹੈ ਤਨਕੀਦ ਤਨਕੀਦ ਬਣਾਏ ਤਨਕੀਦ, ਹਰ ਬੰਦੇ ਦੇ ਖਿਲਾਫ਼ ਵੀਡੀਓ ਲਾਉਣ ਦਾ, ਹਰ ਬੰਦੇ ਦੇ ਖਿਲਾਫ਼ ਪੋਸਟ ਲਾਉਂਦੇ ਹੋ, ਹਰ ਬੰਦਾ ਵਜਵਾਦ ਦਾ ਤੁਹਾਡੇ ਕੋਲ ਤੰਗ ਗਿਆ ਜੀ, ਕੀ ਵਜ੍ਹਾ? ਸ਼ਾਹ ਜੀ, ਅਸੀਂ ਤੁਸੀਂ ਅਗਰ ਦੇਖੀ ਹੁਣ ਸਾਡੀਆਂ ਪੋਸਟਾਂ, ਤੇ ਅਸੀਂ ਕਦੀ ਵੀ ਮਾੜੇ ਬੰਦੇ ਦੇ ਖਿਲਾਫ਼ ਪੋਸਟ ਨਹੀਂ ਕੀਤੀ। ਅਗਰ ਤੁਸੀਂ ਕਹਿ ਰਹੇ ਹੋ ਨਾ ਕਿ ਉਹ ਲੋਕ ਤੰਗ ਨੇ, ਤੇ ਉਹਨਾਂ ਨੂੰ ਤੰਗ ਹੋਣਾ ਪਏਗਾ ਸਾਡੇ ਕੋਲ, ਜਿਹੜੇ ਸਰਮਾਇਆਦਾਰ ਨੇ, ਜਿਹੜੇ ਚੌਧਰੀ ਵਜਵਾਦ ਦੇ ਵਜਵਾਦ ਦਾ ਇਸਤੇਮਾਲ ਕਰਦੇ ਨੇ। ਅਸੀਂ ਸਿਰਫ਼ ਉਹਨਾਂ ਦੇ ਖਿਲਾਫ਼ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਹੇ ਹਾਂ। ਅਸੀਂ ਆਪਣੀ ਜ਼ਾਤ ਲਈ ਨਹੀਂ ਕਰ ਰਹੇ, ਅਸੀਂ ਕਿਸੇ ਮਾੜੇ ਬੰਦੇ ਲਈ ਨਹੀਂ ਕਰ ਰਹੇ, ਅਸੀਂ ਕਿਸੇ ਮਿਡਲ ਕਲਾਸ ਲਈ ਨਹੀਂ ਕਰ ਰਹੇ, ਅਸੀਂ ਉਹਨਾਂ ਲਈ ਕਰ ਰਹੇ ਜਿਹੜੇ ਚਾਪਲੋਸ ਨੇ। ਉਹਨਾਂ ਥੋੜ੍ਹਾ ਵਜਵਾਦ ਦੇ ਵਿੱਚ ਸਿਆਸੀ ਪਿੰਡ ਨੇ, ਹਰ ਬੰਦੇ ਕੋਲ ਮੋਬਾਈਲ ਏ, ਤੁਸੀਂ ਕੀ ਪੂਰੀ ਵਜਵਾਦ ਦੇ ਮਾਮੇ ਲੱਗਦੇ ਹੋ ਕਿ ਤੁਸੀਂ ਹਰ ਬਾਤ ਤੁਸੀਂ ਚੁੱਕਣੀ ਏ, ਹਰ ਚੌਧਰੀ ਦੇ ਖਿਲਾਫ਼ ਤੁਸੀਂ ਬੋਲਣਾ ਹੈ, ਹਰ ਬੰਦੇ ਦੇ ਹੱਕ ਚ ਤੁਸੀਂ ਬੋਲਣਾ, ਲੋਕ ਆਪੇ ਨੀ ਬੋਲ ਸਕਦੇ, ਤੁਹਾਨੂੰ ਵਜਵਾਦ ਨਾਲ ਕੀ ਰਹਿਣਾ, ਜਾਂ ਤੁਸੀਂ ਵਜਵਾਦ ਚ ਰਹਿੰਦੇ ਹੋਵੋ, ਤੁਸੀਂ ਓਵਰਸੀਜ਼ ਤੋਂ ਬੰਦ ਕੇ ਦੇ ਮੁਲਕ ਵਾਸਤੇ। ਵੀਰ ਜੀ ਬਿਲਕੁਲ, ਤੁਸੀਂ ਬੜੀ ਪੱਕੀ, ਬਲਕਿ ਤੁਸੀਂ ਮੇਰੀ ਗੱਲ ਦੀ ਸ਼ਹਾਦਤ ਦਿੱਤੀ ਹੈ ਕਿ ਵਜਵਾਦ ਹਾਲੇ ਆਪਣੇ ਹੱਕ ਲਈ ਬੋਲਦੇ ਹੀ ਨਹੀਂ, ਜਿਹਨੂੰ ਵਜਵਾਦ ਹਾਲੇ ਨਹੀਂ ਬੋਲਦੇ, ਤੇ ਕਿਸੇ ਨੂੰ ਤੇ ਬੋਲਣਾ ਪੈਣਾ। ਜਿਹੜੀ ਤੁਹਾਡੀ ਰਹੀ ਦੂਸਰੀ ਗੱਲ ਕਿ ਮੈਂ ਵਜਵਾਦ ਰਹਿੰਦਾ ਨਹੀਂ ਹੈ, ਮੇਰਾ ਅੱਜ ਵੀ ਆਈਡੀ ਕਾਰਡ ਤੇ ਐਡਰੈਸ ਵਜਵਾਦ ਦਾ, ਮੇਰਾ ਵੋਟ ਉੱਥੇ ਰਜਿਸਟਰਡ ਹੈ, ਸਾਡੀ ਪ੍ਰਾਪਰਟੀ ਹੈ ਉੱਥੇ, ਸਾਡਾ ਘਰ ਵਜਵਾਦ, ਅਗਰ ਮੈਂ ਵਜਵਾਦ ਤੋਂ ਨਿਕਲ ਕੇ ਇੱਥੇ ਬਾਹਰ ਆਇਆ, ਤੇ ਇਹਦੇ ਵਿੱਚ ਮੇਰੀ ਜ਼ਾਤ ਨਾਲ ਪਤਾ ਨਹੀਂ ਵਜਵਾਦ ਦੇ ਕਿਹਨਾਂ ਕਿਹਨਾਂ ਲੋਕਾਂ ਨੂੰ ਫਾਇਦਾ ਪਹੁੰਚਦਾ ਪਿਆ। ਤੇ ਵੈਸੇ ਵੀ ਹਦੀਸ ਹੈ, ਆਪ ਸੱਲਮ ਵੀ ਕਹਿੰਦੇ ਨੇ ਹਿਜਰਤ ਕਰੋ ਐਜੂਕੇਸ਼ਨ ਲਈ, ਮੈਂ ਤੇ ਇੱਥੇ ਐਜੂਕੇਸ਼ਨ ਲਈ ਆਇਆ, ਬਾਹਰ ਮੇਰੀ ਡਿਗਰੀ ਅੱਲਾ ਦਾ ਸ਼ੁਕਰ ਹੈ ਪੂਰੀ ਹੋ ਗਈ ਹੈ, ਮੈਂ ਪਾਕਿਸਤਾਨ ਵਾਪਸ ਆ ਜਾਣਾ। ਤੁਸੀਂ ਜਦੋਂ ਵੀਡੀਓ ਬਣਾਈਏ ਕਦੇ ਕਿਸੇ ਚੌਧਰੀ ਦੇ ਖਿਲਾਫ਼ ਬਣਾਈਏ, ਕਦੇ ਕਿਸੇ ਦੇ ਖਿਲਾਫ਼ ਬਣਾਈਏ, ਲੇਕਿਨ ਕਦੀ ਅੱਛੀ ਵੀਡੀਓ ਵੀ ਬਣਾ ਕੇ ਦੇਖੋ ਨਾ, ਕੋਈ ਪਿਆਰ ਮੁਹੱਬਤ, ਕੋਈ ਅਮਨ ਦਾ ਪੈਗਾਮ ਵੀ ਦਿਓ ਨਾ ਲੋਕਾਂ ਨੂੰ। ਤੁਸੀਂ ਬਾਅਦ ਚੌਵੀ ਘੰਟੇ ਲੋਕਾਂ ਦੇ ਖਿਲਾਫ਼ ਵੀਡੀਓ ਚੌਧਰੀਆਂ ਨੂੰ ਸੀਨੇ ਨਾਲ ਲਾਓ, ਚੌਧਰੀ ਪਿਆਰ ਨਾਲ ਸਮਝਾਓ ਚੌਧਰੀਆਂ ਨੂੰ। ਤੁਸੀਂ ਕੀ ਸਮਝਦੇ ਹੋ ਕਿ ਜਿਹੜੇ 70 ਸਾਲ ਤੂੰ ਨਹੀਂ ਸਮਝੇ ਉਹ ਸਾਡੀ ਇੱਕ ਵਜ੍ਹਾ ਨਾਲ ਸਮਝ ਜਾਣਗੇ, ਇੱਕ ਗੱਲ ਨਾਲ ਸਮਝ ਜਾਣਗੇ, ਪਿਆਰ ਵੀ ਕੀਤਾ ਇਹਨਾਂ ਦੀ। ਇਹ ਨਹੀਂ ਕਿ ਅਸੀਂ ਰਿਸਪੈਕਟ ਨਹੀਂ ਕਰਦੇ ਚੌਧਰੀਆਂ ਦੀ, ਚੌਧਰੀ ਸਾਡੇ ਨੇ, ਅਸੀਂ ਰਿਸਪੈਕਟ ਕਰਦੇ ਹਾਂ। ਮੈਂ ਸਿਰਫ਼ ਕਹਿੰਦਾ ਕਿ ਅਸੀਂ MP MNA ਤੇ ਤਨਕੀਦ ਕਰਨ ਦੀ ਬਜਾਏ ਆਪਣੇ ਲੋਕਾਂ ਦੀ ਸਲਾਹ ਕਰੀਏ ਕਿ ਤੁਸੀਂ ਇਹਨਾਂ ਦੀ ਚਾਪਲੋਸੀ ਨਾ ਕਰੋ। ਇਹਨਾਂ ਦਾ ਕੰਮ ਵੋਟ ਲੈਣਾ, ਵੋਟ ਇਹਨਾਂ ਨੂੰ ਦਿੱਤੇ ਨੇ ਤੁਸੀਂ, ਹੁਣ ਇਹਨਾਂ ਕੋਲ ਤੁਸੀਂ ਕੰਮ ਲੈਣਾ। ਇਹ ਨਹੀਂ ਕਿ ਤੁਸੀਂ ਹਰ ਜਗ੍ਹਾ ਇਹਨਾਂ ਦੀ ਜਨਾਬ ਪਬਲਿਸਿਟੀ ਦਾ ਜ਼ਰੀਆ ਬਣ ਰਹੇ ਹੋ, ਜਨਾਬ ਦੇ ਪੋਤ ਦੀਆਂ ਖੇਲਾਂ ਦਾ ਮੈਦਾਨ ਹਰ ਜਗ੍ਹਾ, ਕਿ ਚੌਧਰੀ ਸਾਹਿਬ ਜਿਹੜੇ ਨੇ ਅੱਗੇ ਅੱਗੇ ਨੇ, ਕੰਮ ਇੱਕ ਨਹੀਂ ਲੈਣਾ ਚੌਧਰੀਆਂ ਨੇ। ਹੁਣ ਤੁਸੀਂ ਦੱਸੋ ਵਜਵਾਦ ਚ ਚੌਧਰੀਆਂ ਨੇ ਇਹਨਾਂ ਕੋਲ ਕੰਮ ਨਹੀਂ ਲੈਣਾ ਤੇ ਕਿੰਨੇ ਲੈਣੇ? ਅਸੀਂ ਤਾਂ ਤਸਵੀਰਾਂ ਬਣਵਾਉਣ ਲਈ ਨੇ ਚੌਧਰੀ। ਵਜਵਾਦ ਚ ਕਾਫੀ ਜ਼ਿਆਦਾ ਕੰਮ ਹੋਏ ਨੇ, ਵਰੀਓ ਖਾਨਦਾਨ ਨੇ ਬਹੁਤ ਜ਼ਿਆਦਾ ਕੰਮ ਕਰਵਾਏ ਨੇ, MPA ਨੇ ਕੰਮ ਕਰਵਾਏ ਨੇ, ਸੜਕਾਂ ਬਣੀਆਂ ਨੇ, ਨਾਲੇ ਬਣੇ ਨੇ, ਫਿਲਟਰ ਬਣਾਉਣ ਲੱਗੇ ਨੇ, ਹਰ ਗੌਰਮੈਂਟ ਵਿੱਚ ਵਜਵਾਦ ਚ ਕੰਮ ਹੋਇਆ, ਚਾਹੇ ਉਹ ਪੰਜਾਬ ਦੀ ਗੌਰਮੈਂਟ ਆ ਚਾਹੇ ਨੌਨ ਲੀਗ ਦੀ। ਮੁਰਸ਼ਦ ਪੀਰ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਵਰੀਓ ਖਾਨਦਾਨ ਨੇ ਬਹੁਤ ਕੰਮ ਕੀਤੇ ਨੇ, 35 ਸਾਲ ਚ ਸਾਨੂੰ ਇੱਕ ਸੈਦਪੁਰ ਤੋਂ ਚੱਲ ਕੇ ਲੂਣੀ ਤੱਕ ਰੋਡ, ਕਿਹੜੀ ਯੂਨੀਵਰਸਿਟੀ ਬਣ ਗਈ, ਕਿਹੜਾ ਕਾਲਜ ਬਣ ਗਿਆ ਵਜਵਾਦ, ਇੱਕ ਤਾਂ ਹੈ, ਕੋਈ ਗ੍ਰਿਡ ਸਟੇਸ਼ਨ ਨਹੀਂ, ਸਾਰਾ ਐਗਰੀਕਲਚਰ ਸਿਸਟਮ ਹੈ ਵਜਵਾਦ ਚ, ਕੋਈ ਗੋਦਾਮ ਨਹੀਂ ਹੈ, ਕਿਹੜਾ ਕੰਮ ਕੀਤਾ? ਇਹ ਅਗਰ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੈ ਤੇ ਤੁਸੀਂ ਇਹਨੂੰ ਕੰਮ ਕਹਿੰਦੇ ਹੋ? ਠੀਕ ਹੈ, 5 ਸਾਲ ਚ ਇੱਕ ਅੱਧੀ ਸੜਕ ਬਣਾ ਦਿੱਤੀ, ਜੋ ਲੋਕਾਂ ਦੀ ਡਿਮਾਂਡ ਹੈ ਉਹੀ ਕੰਮ ਹੋਣਾ ਹੈ ਨਾ, ਵਜਵਾਦ ਦੇ ਲੋਕ ਜੋ ਡਿਮਾਂਡ ਕਰਨਗੇ। ਕਿਹੜੀ? ਅੱਛਾ, ਕਿੰਨੇ ਡਿਮਾਂਡ ਕੀਤੀ ਸੜਕਾਂ ਦੀ?
ਸੜਕਾਂ ਦੀ ਕਿੰਨੇ ਕੌਣ ਡਿਮਾਂਡ ਕਰਦਾ ਸੜਕ ਕਿਉਂ ਨੀ ਬਣੀ? ਸਿਰਫ ਜਿਸ ਪਿੰਡ ਨੂੰ ਚੌਧਰੀ ਕਹਿੰਦਾ ਓਹੀ ਸੜਕ ਬਣਨੀ? ਬਜਵਾਤ ਦੇ ਸਭ ਤੋਂ ਜ਼ਿਆਦਾ ਚੌਧਰੀ ਪੁੱਲ ਬਜੂਆ ਰਹਿੰਦੇ ਨੇ, ਉਹਨਾਂ ਦੀ ਰੋਡ ਬਣ ਗਈ ਜੀ ਅਲਹਮਦੁਲਿਲਾ ਬਣ ਗਈ ਹੈ ਨਾ। ਤੇ ਹੁਣ ਦਿਓਰੇ ਚੌਧਰੀ, ਦਿਓਰੇ ਦਾ ਚੌਧਰੀ ਮਾੜਾ ਹੋਏਗਾ, ਕਰਾਂ ਦਾ ਚੌਧਰੀ ਮਾੜਾ ਹੋਏਗਾ, ਉਹਦੀ ਰੋਡ ਨੀ ਬਣ ਰਹੀ। ਸਾਨੂੰ ਤੇ ਚਾਹੀਦਾ ਕਿ ਇਹਨਾਂ ਨੂੰ ਤੇ ਚਾਹੀਦਾ ਕਿ ਮੈਂ ਤੇ ਕਹਿੰਦਾ ਟਰਾਂਸਪੋਰਟ ਫ੍ਰੀ ਕਰ ਦੇਣੀ ਸਿਆਲਕੋਟ ਤੱਕ ਦੀ। ਸਾਡੇ ਬਜਵਾਸ ਚ ਟਰਾਂਸਪੋਰਟ ਸਿਸਟਮ ਕਿੱਥੇ ਹੈ? ਹਾਸਪਿਟਲ ਚ ਅਲਟਰਾਸਾਊਂਡ ਐਕਸਰੇ ਮਸ਼ੀਨ ਚੋਰੀ ਹੋ ਜਾਂਦੀ ਹੈ, ਬਜਵਾਸ ਚ ਕੋਈ ਐਕਸ਼ਨ ਹੀ ਨੀ ਲੈਂਦੇ। ਦੇਖੋ ਜੀ, ਸਭ ਤੋਂ ਵੱਡੀ ਮਾਰ ਤੇ ਹੈ ਕਿ 76 ਸਾਲ ਹੋ ਗਏ ਬਜਵਾਸ ਕੋਲ ਇੱਕ ਐਂਬੂਲੈਂਸ ਨਹੀਂ ਹੈ। ਮੈਂ ਹਰ ਉਸ ਬੰਦੇ ਦੇ ਖਿਲਾਫ਼ ਹਾਂ ਜਿਹੜਾ ਇਹਨਾਂ ਸਰਮਾਇਆਦਾਰਾਂ ਨੂੰ ਵੋਟ ਦੇਣ ਤੋਂ ਬਾਅਦ ਕੰਮ ਨਹੀਂ ਲੈਂਦਾ, ਗੱਲ ਨਹੀਂ ਕਰਦਾ ਤੇ ਚਾਪਲੂਸੀ 100% ਕਰਦਾ। ਅੱਛਾ ਤੁਸੀਂ ਜਾਬ, ਪਹਿਲੇ ਤੁਸੀਂ ਇੱਕ ਪੋਸਟ ਲਾਈ ਕਿ ਕ੍ਰਿਕਟ ਟੂਰਨਾਮੈਂਟ ਤੇ ਸਰਮਾਇਆਦਾਰਾਂ ਨੂੰ ਬੁਲਾਇਆ ਜਾਂਦਾ ਹੈ, ਕਿਉਂ ਨੀ ਕਿਸੇ ਖਿਲਾੜੀ ਨੂੰ, ਪੁਰਾਣੇ ਕ੍ਰਿਕਟਰ ਨੂੰ ਕਿਉਂ ਨੀ ਬੁਲਾਇਆ ਜਾਂਦਾ? ਤੁਸੀਂ ਪੋਸਟ ਲਾਈ ਕਿ ਐਸ ਡੀ ਓ ਨੂੰ ਫੋਨ ਕਰਨ ਦੀ ਬਜਾਏ ਬਿਜਲੀ ਵਾਲੇ ਲੈਟ ਅਗਰ ਬੰਦ ਹੁੰਦੀ ਹੈ ਤੇ ਬਜਵਾਸ ਦੇ ਲੋਕ ਸਿਆਸੀ ਲੋਕਾਂ ਨੂੰ ਫੋਨ ਕਿਉਂ ਕਰਦੇ ਨੇ? ਤੁਸੀਂ ਪੋਸਟ ਲਾਈ ਕਿ ਸਿਆਸੀ ਲੋਕਾਂ ਨੂੰ ਫਲਾਂ ਫਲਾਂ ਬੰਦੇ ਬੜੇ ਝੁੱਕ ਕੇ ਮਿਲਦੇ ਨੇ। ਯਾਰ ਉਹਨਾਂ ਦੀ ਜ਼ਿੰਦਗੀ ਹੈ, ਜਿਹਨੂੰ ਮਰਜ਼ੀ ਬਣਾ, ਜਿਹਨੂੰ ਤੁਸੀਂ ਬਜਵਾਸ ਦੇ ਕਿਉਂ ਸਾਡੇ ਪਿੱਛੇ ਪੈ ਰਹੇ ਹੋ? ਜਾਂ ਬਜਵਾਸ ਦੇ ਕੋਈ ਵੀ ਕੰਮ ਕਰਨ, ਪਹਿਲੇ ਚੌਧਰੀ ਮਾਨ ਗਾਣੀ ਖਟਾਣੇ ਕੋਲੋਂ ਇਜਾਜ਼ਤ ਲੈਣ ਕਿ ਅਸੀਂ ਕਿਹੜਾ ਕੰਮ, ਕਿਹਨੂੰ ਮਹਿਮਾਨ ਬੁਲਾਈਏ, ਜਾਂ ਕੀ ਵਜ੍ਹਾ ਹੈ, ਤੁਸੀਂ ਕੀ ਸਫ਼ਰ ਕਰਨਾ ਚਾਹੁੰਦੇ ਹੋ? ਸ਼ਾਹ ਜੀ, ਬੜੇ ਖਤਰਨਾਕ ਸਵਾਲ ਕਰਦੇ ਹੋ ਤੁਸੀਂ। ਮੈਂ ਕਹਿੰਦਾ ਕਿ ਜਿਹੜੇ ਤੁਸੀਂ ਸਵਾਲ ਉਠਾ ਰਹੇ ਹੋ, ਇਹ ਸਾਡੇ ਬਜਵਾਸ ਦੇ ਹਰ ਇੱਕ ਬੰਦੇ ਦੇ ਜ਼ਿਹਨ ਵਿੱਚ ਨੇ। ਕਈ ਬੋਲ, ਕੋਈ ਲੋਕ ਕਹਿ ਦਿੰਦੇ ਨੇ, ਕੋਈ ਬੋਲ ਕੇ ਕਹਿ ਦਿੰਦਾ, ਕੋਈ ਕਮੈਂਟ ਚ ਕਹਿ ਦਿੰਦਾ, ਕੋਈ ਲਿਖ ਕੇ ਕਹਿ ਦਿੰਦਾ, ਕੋਈ ਪੋਸਟ। ਮੈਂ ਚੌਵੀ ਘੰਟੇ ਆਵਾਮ ਦੇ ਨਾਲ ਮੈਂ ਅਟੈਚ ਰਹਿੰਦਾ, ਜੋ ਕੁਛ ਆਵਾਮ ਗੱਲਾਂ ਕਰਦੀ ਹੈ। ਜ਼ਰੂਰੀ ਨਹੀਂ ਕਿ ਤੁਹਾਨੂੰ ਹਰ ਬੰਦਾ ਅੱਛੇ ਲਫ਼ਜ਼ਾਂ ਚ ਯਾਦ ਕਰਦਾ, ਤੁਹਾਨੂੰ ਬੜੇ ਬੜੇ ਗੰਦੇ ਲਫ਼ਜ਼ਾਂ ਚ ਵੀ ਯਾਦ ਕੀਤਾ ਜਾਂਦਾ। ਲੋਕ ਇਹ ਵੀ ਕਹਿੰਦੇ ਨੇ ਕਿ ਇਹ ਬਜਵਾਸ ਦਾ ਜਿਹੜਾ ਮਾਪਾ ਬਣਿਆ ਟਿਕਟੋਕ ਚ ਬੈਠ ਕੇ, ਯੂਕੇ ਬੈਠ ਕੇ ਤੇ ਬਜਵਾਸ ਦੇ ਮਾਮਲਾ ਚ ਸਿੱਧੇ ਕਾਲਿਆ ਜੀ ਅੰਜ ਨੀ ਅੰਜ ਕਰੋ, ਅੰਜ ਨੀ ਅੰਜ ਕਰੋ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਿਹਨੂੰ ਲੋਕ ਬਜਵਾਸ ਦੇ, ਸਾਨੂੰ ਪਤਾ ਚੱਲਦਾ ਕਿ ਅਸੀਂ ਸਰਮਾਏਦਾਰਾਂ ਦੇ ਖਿਲਾਫ਼ ਬੋਲਦੇ ਹਾਂ ਤੇ ਬਜਵਾਸ ਦੇ ਲੋਕ ਹੀ ਸਾਡੇ ਖਿਲਾਫ਼ ਬੋਲਦੇ ਨੇ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਕਿਉਂਕਿ ਫਿਰ ਸਾਨੂੰ ਇਸ ਚੀਜ਼ ਦੀ ਛੋਟੀ ਹੋ ਜਾਂਦੀ ਹੈ ਕਿ ਵਾਕਈ ਲੋਕਾਂ ਤੱਕ ਸਾਡੀ ਗੱਲ ਪਹੁੰਚ ਰਹੀ ਹੈ। ਮੈਂ ਤੁਹਾਨੂੰ ਪਹਿਲੇ ਵੀ ਕਈ ਦਫ਼ਾ ਕਹਿ ਚੁੱਕਿਆ, ਆਪਣੇ ਦੋਸਤਾਂ ਨੂੰ ਵੀ ਕਹਿ ਚੁੱਕਿਆ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਤੁਸੀਂ ਇਸਲਾਹ ਲਈ ਕਰੋ, ਲੋਕਾਂ ਨੂੰ ਅੱਛੀ ਗੱਲ ਲਈ ਕਰੋ। ਇਹ ਨਹੀਂ ਕਿ ਤੁਸੀਂ ਕਹਿੰਦੇ ਹੋ ਨਾ ਕਿ ਸਾਰਿਆਂ ਨਾਲ ਪਿਆਰ ਕਰੋ, ਲੋਕ ਇੰਜ ਕਰਕੇ ਮਿਲਦੇ ਨੇ, ਉਹਨਾਂ ਦੀ ਪਰਸਨਲ ਲਾਈਫ ਹੈ। ਨਹੀਂ, ਪਰਸਨਲ ਲਾਈਫ ਉਹਨਾਂ ਦੀ ਉਦੋਂ ਹੁੰਦੀ ਜਦੋਂ ਉਹ ਉਹਨੂੰ ਫੋਟੋ ਚਾੜਦੇ ਫੇਸਬੁੱਕ ਤੇ ਨਾ ਅਪਲੋਡ ਕਰਦੇ। ਅਗਰ ਉਹਨਾਂ ਨੇ ਪਬਲਿਕਲੀ ਪੋਸਟ ਕੀਤੀ ਹੈ ਕਿ ਭਾਜੀ ਅੱਜ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਨੇ ਜੀ ਐਮ ਪੀ ਏ ਨੂੰ ਝੁੱਕ ਕੇ ਮਿਲਣਾ, ਜਿਹਦੀ ਸ਼ਰੀਅਤ ਵੀ ਇਜਾਜ਼ਤ ਨਹੀਂ ਦਿੰਦੀ, ਤੇ ਸਾਨੂੰ ਉਹਦੇ ਤੇ ਲਾਜ਼ਮੀ ਕਮੈਂਟ ਕਰਨਾ ਪਏਗਾ ਕਿ ਬਾਕੀ ਲੋਕਾਂ ਨੂੰ ਵੀ ਪਤਾ ਚੱਲੇ ਕਿ ਐਮ ਪੀ ਏ ਭਗਵਾਨ ਨਹੀਂ ਹੈ ਜਿਹਨੂੰ ਝੁੱਕ ਕੇ ਮਿਲਣਾ।
ਇਹਦੇ ਚ ਕੋਈ ਪਰੇਸ਼ਾਨੀ ਨੀ, ਅਗਰ ਤੁਹਾਡੀ ਸਲਾਮ ਦੁਆ ਹੈ ਤੇ ਤੁਸੀਂ ਇੱਕ ਹੱਥ ਨਾਲ ਵੀ ਸਲਾਮ ਲੈ ਸਕਦੇ ਹੋ। ਇਹ ਹੁੰਦੀ ਹੈ ਸਲਾਹ, ਇਹ ਕੋਈ ਤਨਕੀਦ ਨਹੀਂ ਹੈ, ਇਹ ਸਲਾਹ ਹੈ ਬਾਕੀ ਲੋਕਾਂ ਲਈ। ਹਾਂ ਜਿਹੜਾ ਕਿ ਬੰਦਾ ਕੰਮ ਕਰ ਰਿਹਾ ਉਹ ਤਨਕੀਦ ਸਮਝੇ, ਜੋ ਮਰਜ਼ੀ ਸਮਝੇ। ਊਨ ਅਗਰ ਮੈਂ ਯੂਕੇ ਬਹਿ ਕੇ ਮੈਂ ਆਪਣਾ ਜਿਹੜਾ ਲੋਕਾਂ ਨੂੰ ਫਾਇਦਾ ਪਹੁੰਚਾ ਰਿਹਾ ਫਾਈਨੈਂਸ਼ਲੀ ਤੌਰ ਤੇ, ਊਨ ਉਹਦੀ ਮੈਂ ਪਬਲਿਸਿਟੀ ਨਹੀਂ ਕਰ ਰਿਹਾ, ਤੇ ਇਹਦਾ ਮਤਲਬ ਨਹੀਂ ਕਿ ਮੈਂ ਸਿਰਫ ਵੀਡੀਓ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕਰ ਰਿਹਾ। ਅਗਰ ਵੀਡੀਓ ਵਿੱਚ ਅਗਰ ਤੁਸੀਂ ਦੇਖੋ, ਹੁਣ ਤੁਸੀਂ ਕਿਹਾ ਕਿ ਕ੍ਰਿਕਟ ਵਿੱਚ ਸਿਆਸੀ ਲੋਕ ਬੁਲਾਉਂਦੇ ਨੇ, ਤੇ ਕਿਉਂ ਬੁਲਾਉਣਾ ਸਿਆਸੀ? ਅਗਰ ਬੁਲਾਇਆ ਤੁਸੀਂ ਸਿਆਸੀ ਲੋਕ ਨੂੰ, ਤੁਸੀਂ ਉਹਦੇ ਕੋਲ ਪੈਸੇ ਲੈਣੇ, ਉਹ ਤੁਹਾਡਾ ਸਾਰਾ ਟੂਰਨਾਮੈਂਟ ਇਸਤੇਮਾਲ ਕਰਕੇ ਚਲਾ ਜਾਂਦਾ ਐਂਡ ਤੇ। ਤੁਸੀਂ ਬਜਵਾਸ ਦੇ ਕ੍ਰਿਕਟਰ ਸੀਨੀਅਰ ਕਿਤੇ ਕੋਈ ਮੁਲਕ ਤੇ ਨਹੀਂ ਛੱਡ ਗਏ, ਤੁਸੀਂ ਉਹਨਾਂ ਨੂੰ ਇਨਵਾਈਟ ਕਰੋ, ਤੁਸੀਂ ਬੁਲਾਓ ਸਿਆਸਤ ਦਾ, ਜ਼ਰੂਰ ਬੁਲਾਓ, ਪਰ ਉਹਨਾਂ ਨੂੰ ਉਹ ਤੇ ਦੱਸੋ ਕਿ ਭਾਅ ਜੀ ਇਹਨੇ ਸਾਨੂੰ ਪੈਸੇ ਦਿੱਤੇ ਨੇ, ਇਨਾਮੀ ਰਕਮ ਦਿੱਤੀ ਗਈ, ਅਸੀਂ ਇਹ ਸਪਾਂਸਰ ਕੀਤਾ ਜਾਂ ਸਪੋਰਟ ਕੀਤੀ ਗਈ, ਪਰ ਟਰਾਫੀ ਤੁਸੀਂ ਕਿਸੇ ਕ੍ਰਿਕਟਰ ਦੇ ਹੱਥ ਤੋਂ ਫੜਾਓ। ਮੈਂ ਇਹ ਕਹਿੰਦਾ ਕਿ ਜਿਹੜਾ ਉਹਨਾਂ ਦਾ ਕੀ ਕਹਿੰਦੇ ਨੇ ਉਹ, ਕਿ ਹਰ ਇੱਕ ਨੂੰ ਆਪਣੀ ਹਦੂਦ ਚ ਰਹਿਣਾ ਚਾਹੀਦਾ, ਅਸੀਂ ਉਹਨਾਂ ਦੀ ਹਦੂਦ ਕੋਈ ਰੱਖੀ ਨੀ। ਬਜਵਾਤ ਵਿੱਚ ਅਮਨ ਸਕੂਨ ਰਹਿਣ ਦਿਓ, ਤੁਸੀਂ ਅਮਨ ਬਰਬਾਦ ਕਰਦੇ ਪਿਓ ਲੋਕਾਂ ਸਾਰਿਆਂ ਦਾ ਵੀ ਕਹਿਣਾ। ਦੂਸਰੇ ਨੰਬਰ ਤੇ ਗੱਲ ਆਏ ਕਿ ਬਜਵਾਤ ਲੋਕ ਸ਼ੋਰ ਵਾਲੇ ਨੇ, ਹਰ ਗੱਲ ਨੂੰ ਸੁਣ ਲੈਂਦੇ ਨੇ, ਠੀਕ ਹੈ, ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੈ, ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਬਜਵਾਤ ਲੋਕ ਐਕਟਿਵ ਨਹੀਂ ਹੈ, ਉਹ ਹੁਣ ਕਾਫੀ ਜ਼ਿਆਦਾ ਤਬਦੀਲੀ ਆ ਗਈ ਹੈ, ਠੀਕ ਹੈ, ਉਹ ਲੋਕਾਂ ਨੂੰ ਸ਼ੋਰ ਆ ਗਿਆ, ਲੋਕ ਹਰ ਚੀਜ਼ ਸਮਝਦੇ ਨੇ। ਜਿਹੜਾ ਨੌਜਵਾਨ ਟਪਕਾ ਨਾ ਉਹ ਬਿਲਕੁਲ ਆਪਣੇ ਹੱਕ ਵਾਸਤੇ ਬੋਲ ਸਕਦਾ, ਬਿਲਕੁਲ ਬੋਲ ਸਕਦਾ, ਪਰ ਮੈਂ ਕਹਿੰਦਾ ਕਿ ਨੌਜਵਾਨਾਂ ਨੂੰ ਚੌਧਰੀ ਬਣਨਾ ਚਾਹੀਦਾ, ਫਿਰ ਪੁਰਾਣੇ ਚੌਧਰੀਆਂ ਨੂੰ ਕਹਿ ਦੇਣਾ ਚਾਹੀਦਾ ਕਿ ਤੁਸੀਂ ਹੁਣ ਸਾਨੂੰ, ਤੁਸੀਂ ਕਹਿੰਦੇ ਹੋ ਨਾ ਕਿ ਲੋਕ ਬੁਰੇ ਅਲਫਾਜ਼ ਚ ਵੀ ਤੁਹਾਨੂੰ ਯਾਦ ਕਰਦੇ ਨੇ, ਸਰ ਸਾਨੂੰ ਧਮਕੀਆਂ ਮਿਲਦੀਆਂ ਨੇ, ਕਈ ਸਾਨੂੰ ਦੁਆਵਾਂ ਵੀ ਦਿੰਦੇ ਨੇ, ਕਈ ਪਿਆਰ ਵੀ ਕਰਦੇ ਨੇ, ਕਈ ਨਫ਼ਰਤ ਵੀ ਕਰਦੇ ਨੇ, ਕਈ ਕਹਿੰਦੇ ਨੇ ਯਾਰ ਬਿਲਕੁਲ ਠੀਕ ਹੈ ਅਸੀਂ ਵੀ ਇਹ ਕਹਿਣਾ ਚਾਹੁੰਦੇ ਹਾਂ, ਪਰ ਅਸੀਂ ਕਹਿ ਨਹੀਂ ਸਕਦੇ, ਸਾਡੀਆਂ ਮਜਬੂਰੀਆਂ ਨੇ, ਹਰ ਬੰਦਾ ਹਰ ਕੰਮ ਲਈ ਤੇ ਨਹੀਂ ਬਣਿਆ। ਤੁਸੀਂ ਕਹਿ ਰਹੇ ਹੋ ਬਜਵਾ ਚ ਜਿਹੜੇ ਲੋਕ ਤੁਹਾਨੂੰ ਫੋਨ ਕਰਕੇ ਕਹਿੰਦੇ ਨੇ ਕਿ ਹਮ ਤੋ ਪੀ ਰਹੇ ਹੈ, ਉਹ ਤੁਹਾਡੇ ਖਿਲਾਫ ਵੀ ਹੋਣੇ ਨੇ। ਮੈਂ ਉਹਨਾਂ ਨੂੰ ਇਹ ਹੀ ਕਹਿਣਾ, ਮੈਨੂੰ ਫੋਨ ਕਰਦੇ ਨੇ ਜੀ ਸਾਡਾ ਇਹ ਇਸ਼ੂ ਹੈ ਇਹ ਕੰਮ, ਮੈਂ ਕਿਹਾ ਸਭ ਤੋਂ ਪਹਿਲੇ ਤੇ ਤੁਹਾਡਾ ਫਰਜ਼ ਬਣਦਾ ਨਾ ਗੱਲ ਕਰਨੀ, ਅਗਰ ਨਾ ਕਰੇ ਅਸੀਂ ਤੁਹਾਡੇ ਤੇ ਤੁਹਾਡੀ ਵਜ੍ਹਾ ਨਾਲ ਫਿਰ ਗੱਲ ਕਰਾਂਗੇ ਨਾ, ਤੁਹਾਡੀ ਗੱਲ ਤੇ ਉੱਤੇ ਗੱਲ ਕਰਾਂਗੇ ਕਿ ਸਰ ਇਹਨੇ ਗੱਲ ਵੀ ਕੀਤੀ ਹੈ ਫਿਰ ਵੀ ਇਹਦੀ ਗੱਲ ਨਹੀਂ ਸੁਣੀ ਜਾ ਰਹੀ। ਤੁਸੀਂ ਖੁਦ ਤੇ ਪਹਿਲੇ ਸਟੈਪ ਲਓ ਨਾ, ਤੁਸੀਂ ਕਹਿੰਦੇ ਹੋ ਸ਼ਊਰ ਆ ਗਿਆ, ਸ਼ਊਰ ਇਹ ਆ ਗਿਆ ਕਿ ਬਜਵਾਤ ਦੇ ਮਿੱਠਿਆਂ ਦੇ ਬਾਗ ਦਾ ਸਰੀ ਹੈ ਦੁਨੀਆਂ ਸਾਨੂੰ, ਕਿ ਬਜਵਾਤ ਵਿੱਚ ਮਿੱਠਿਆਂ ਦੇ ਬਾਗ ਨੇ, ਬਜਵਾਤ ਵਿੱਚ ਜੀ ਖਜੂਰਾਂ ਉਗਾਈਆਂ ਨੇ, ਸਾਨੂੰ ਬਜਵਾਸ ਦੇ ਨੌਜਵਾਨ ਇਹ ਦੱਸ ਰਹੇ ਨੇ। ਬਜਵਾਸ ਚ ਅੱਜ ਕੱਲ ਤੁਹਾਨੂੰ ਵੀ ਪਤਾ ਹੈ ਕਿ ਨੌਜਵਾਨਾਂ ਚ ਕਿੰਨਾ ਕੁ ਸ਼ਊਰ ਆਇਆ ਹਰ ਪਿੰਡ ਵਿੱਚ, ਤੇ ਨਸ਼ਾ ਮੈਂ ਕਹਿੰਦਾ ਕਿ 70% ਹੋ ਗਿਆ। ਬਜਵਾਸ ਦੇ ਚੌਧਰੀਆਂ ਨੇ ਕੋਈ ਇਹਦੇ ਤੇ ਕੋਈ ਅਗਾਹੀ ਮੁਹਿੰਮ ਸ਼ੁਰੂ ਕੀਤੀ ਗਈ ਯੂਨੀਅਨ ਕੌਂਸਲ ਨੇ? ਯੂਨੀਅਨ ਕੌਂਸਲ ਦਾ ਹੋਰ ਕੰਮ ਕੀ ਹੈ? ਮੇਰੀ ਇੱਕ ਗੱਲ ਐਡ ਕਰ ਲਓ, ਤੁਸੀਂ ਕਹਿੰਦੇ ਚੌਧਰੀਆਂ ਦੇ ਇਹ ਤੁਸੀਂ ਲਾਜ਼ਮੀ ਇਹ ਵਾਲੀ ਚਲਾਉਣੀ ਹੈ ਕਿ ਜਿਹੜੇ ਉਮੀਦਵਾਰ ਬਣੇ ਨੇ ਚੇਅਰਮੈਨੀ ਦੇ, ਉਹ ਪਹਿਲੇ ਜਿਹਨੂੰ ਪਿਛਲੀ ਦਫ਼ਾ 2-3 ਦਫ਼ਾ ਇਲੈਕਸ਼ਨ ਹੋਏ ਨੇ ਉਹਨਾਂ ਦਾ ਹਿਸਾਬ ਤੇ ਦੇਣ ਸਾਨੂੰ ਕਿ ਯੂਨੀਅਨ ਕੌਂਸਲ ਕਿੰਨਾ ਪੈਸਾ ਆਇਆ ਤੇ ਕਿੱਥੇ ਲੱਗਾ। ਅਗਰ ਸੋਸ਼ਲ ਮੀਡੀਆ ਤੇ ਇਹ ਗੱਲਾਂ ਚਾੜਦੇ ਨੇ ਆਪਣੀਆਂ ਕਿ ਅੱਜ MPA ਕੇ ਸਾਥ ਮੁਲਾਕਾਤ ਤੇ ਸਿਆਸੀ ਅਮੂਰ ਪਰ ਤਬਾਦਲਾ ਖਿਆਲ, ਤੇ ਜਿਹੜੇ ਜਿਹੜਾ ਉਮੀਦਵਾਰ ਹੈ ਨਾ ਤੇ ਜਿਹੜਾ ਪੁਰਾਣਾ ਸਾਬਕਾ ਉਮੀਦਵਾਰ ਹੈ ਜਾਂ ਸਾਬਕਾ ਚੇਅਰਮੈਨ ਹੈ ਉਹਨੂੰ ਇਹ ਪਹਿਲੇ ਡਿਟੇਲ ਦੇਣੀ ਕਿ ਅਸੀਂ ਪਹਿਲੇ ਕੀ ਕੀਤਾ, ਕਿੰਨਾ ਫੰਡ ਆਇਆ, ਕਿੱਥੇ ਲੱਗਾ, ਕੀ ਹੋਇਆ, ਯੂਨੀਅਨ ਕੌਂਸਲ ਨੇ ਕੀ ਐਸੇ ਕੰਮ ਕੀਤੇ, ਫਿਰ ਉਹ ਉਮੀਦਵਾਰ ਬਣੇ। ਅਸੀਂ ਕੀ ਕਹਿੰਦੇ ਹਾਂ ਜੀ ਇਹ ਪੁਰਾਣਾ ਹੈ, ਇਹ ਪਹਿਲੇ ਵੀ ਚੇਅਰਮੈਨ ਬਣੇ ਹੈ, ਲਿਹਾਜ਼ਾ ਇਸ ਦਫ਼ਾ ਵੀ ਇਹ ਉਮੀਦਵਾਰ ਹੈ, ਪਹਿਲੇ ਵਾਲਾ ਤੇ ਹਿਸਾਬ ਦਿਓ।
ਯਾਰ ਵੀਡੀਓ ਕਾਫੀ ਲੰਬੀ ਹੋ ਗਈ ਹੈ, ਆਖਰੀ ਤੁਸੀਂ ਮੈਸੇਜ ਕੋਈ ਨੌਜਵਾਨਾਂ ਵਾਸਤੇ ਇੱਕ ਛੋਟਾ ਜਿਹਾ ਮੈਸੇਜ ਦਿਓ, ਹਾਂ ਨੌਜਵਾਨਾਂ ਵਾਲੇ ਇੱਕ ਜਿਹਨਾਂ ਨੂੰ ਤੁਸੀਂ ਚੌਧਰੀਆਂ ਵਾਸਤੇ ਵੀ ਇੱਕ ਮੈਸੇਜ ਦੇ ਦਿਓ। ਮੈਂ ਚੌਧਰੀ ਸਭ ਤੋਂ ਪਹਿਲੇ ਤਾਂ ਚੌਧਰੀ ਸਾਹਿਬ ਲਈ ਕਹਿ ਵਿਸ਼ਵਾਸ ਦੇ ਜਿੰਨੇ ਹੈ ਨਾ, ਜਿਹੜੇ ਕਹਿੰਦੇ ਨੇ ਜੀ ਅਸੀਂ ਆਇੰਦਾ ਦੇ ਉਮੀਦਵਾਰ ਹਾਂ, ਅਸੀਂ ਜਨਾਬ ਚੌਧਰੀ ਹਾਂ, ਸਾਡਾ MP MLA ਨਾਲ ਬੜਾ ਲਿੰਕ ਹੈ ਅਤੇ ਅਸੀਂ ਵਿਸ਼ਵਾਸ ਦੇ ਹਾਲਾਤ ਬਦਲ ਲਾਂਗੇ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲੇ MPA MLA ਸਾਹਿਬ ਨੂੰ ਉਹਨਾਂ ਦੀ ਜਗ੍ਹਾ 'ਤੇ ਰੱਖੋ, ਉਹਨਾਂ ਨੂੰ ਉਸੇ ਤਰ੍ਹਾਂ ਮਿਲੋ ਜਿਸ ਤਰ੍ਹਾਂ ਤੁਸੀਂ ਗਰੀਬ ਆਦਮੀ ਨੂੰ ਮਿਲਦੇ ਹੋ। ਉਹਨਾਂ ਵਿੱਚ ਉਹ ਕੋਈ ਉਹਨਾਂ ਦੇ ਸਿੰਗ ਨਹੀਂ ਲੱਗੇ, ਨਾ ਹੀ ਗਰੀਬ ਨੂੰ ਕੋਈ ਕੰਡੇ ਲੱਗੇ ਨੇ, ਤੁਸੀਂ ਸਾਰਿਆਂ ਨੂੰ ਬਰਾਬਰ ਸਮਝੋ, ਵਿਸ਼ਵਾਸ ਦੇ ਹਕੂਕ ਲਈ ਬੋਲੋ, ਕੋਈ ਜ਼ਰੂਰਤ ਨਹੀਂ ਚਾਪਲੋਸੀ ਕਰਨ ਦੀ, ਉਹਨਾਂ ਦੀ ਮਜਬੂਰੀ ਹੈ, ਉਹਨਾਂ ਨੇ ਤੁਹਾਡੇ ਕੋਲ ਵੋਟ ਲੈਣੇ ਨੇ, ਉਹਨਾਂ ਨੇ ਤੁਹਾਡੇ ਨਾਲ ਗੱਲ ਕਰਨੀ ਹੀ ਕਰਨੀ ਹੈ। ਅਤੇ ਵਿਸ਼ਵਾਸ ਦੇ ਨੌਜਵਾਨਾਂ ਲਈ ਮੇਰਾ ਇਹ ਪੈਗਾਮ ਹੈ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਆਪਣੀ ਪਰਸਨਲ ਤਸਵੀਰਾਂ ਪਰਸਨਲ ਜ਼ਿੰਦਗੀ ਲਈ ਵੀ ਕਰੋ, ਪਰ ਉਹਦੇ ਨਾਲ ਨਾਲ ਤੁਸੀਂ ਵਿਸ਼ਵਾਸ 'ਚ ਕੋਈ ਵੀ ਐਸਾ ਇੰਸੀਡੈਂਟ ਦੇਖਦੇ ਹੋ, ਵਿਸ਼ਵਾਸ ਦੇ ਕੋਈ ਵੀ ਜਿਸ ਨਾਲ ਹੱਕ ਤਲਫੀ ਹੁੰਦੀ ਵੀ ਹੈ ਅੱਜ ਕੱਲ੍ਹ, ਤੁਸੀਂ ਉਹ ਵੀ ਅਪਡੇਟ ਆਪ ਕਰੋ ਤਾਂ ਕਿ ਲੋ ਇਹਨਾਂ ਨੂੰ ਪਤਾ ਚੱਲੇ MNA MPA ਨੂੰ ਕਿ ਵਿਸ਼ਵਾਸ ਦੇ ਨੌਜਵਾਨ ਕੋਲ ਅਗਰ ਸਭ ਕੁਛ ਅਸੀਂ ਖੋਹ ਲਿਆ ਪਰ ਉਹਨਾਂ ਕੋਲ ਸੋਸ਼ਲ ਮੀਡੀਆ ਦਾ ਹਥਿਆਰ ਹੈ, ਤੁਸੀਂ ਸੋਸ਼ਲ ਮੀਡੀਆ 'ਤੇ ਬਿਲਕੁਲ ਆਵਾਜ਼ ਉਠਾਓ। ਵਿਸ਼ਵਾਸ 'ਚ ਬਹੁਤ ਸਾਰੀਆਂ ਐਸੀਆਂ ਜ਼ਿਆਦਤੀਆਂ ਪਰਸਨਲੀ ਲੋਕਾਂ ਨੂੰ ਜ਼ਾਤੀ ਤੌਰ 'ਤੇ ਹੋ ਰਹੀਆਂ ਨੇ ਜਿਹੜੀ ਅਸੀਂ ਨਹੀਂ ਡਿਸਕਸ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਦੇ ਜ਼ਾਤੀ ਮਾਮਲਾਤ ਨੇ। ਅਗਰ ਉਹਨਾਂ ਕੋਲ ਅਸੀਂ ਪੁੱਛੀਏ ਤਾਂ ਉਹ ਰੋਂਦੇ ਨੇ ਕਿ ਯਾਰ ਸਾਡੇ ਨਾਲ ਐਸ ਚੌਧਰੀ ਫਲਾਂ ਚੌਧਰੀ ਯੇ ਉਹ ਚੌਧਰੀ ਉਸ ਸਾਈਡ 'ਤੇ ਹੈ, ਚੌਧਰੀ ਇਸ ਸਾਈਡ 'ਤੇ ਹੈ, ਬਹੁਤ ਸਾਰੇ ਇਸ਼ੂ ਨੇ। ਤੇ ਤੁਸੀਂ ਨੌਜਵਾਨ ਇਹਨਾਂ ਨੂੰ ਸਿਆਸੀ ਤੌਰ ਤੇ ਆਪਣੇ ਆਪ ਨੂੰ ਇਸਤੇਮਾਲ ਨਾ ਹੋਣ ਦਿਓ, ਇਹ ਤੁਹਾਡਾ ਇਸਤੇਮਾਲ ਕਰਦੇ ਨੇ ਫੋਤਕੀਆਂ ਤੇ ਜਨਾਜ਼ਿਆਂ ਤੇ, ਹੁਣ ਤੁਹਾਡੇ ਕ੍ਰਿਕਟ ਨੂੰ ਖੇਲਾਂ ਨੂੰ ਵੀ ਇਹ ਇਸਤੇਮਾਲ ਕਰ ਰਹੇ ਨੇ। ਤੁਸੀਂ ਬਿਲਕੁਲ ਗੈਰ ਸਿਆਸੀ ਹੋ ਜਾਓ, ਨੌਜਵਾਨਾਂ ਨੂੰ ਕੋਈ ਜ਼ਰੂਰਤ ਨਹੀਂ ਸਿਆਸਤ 'ਚ ਆਉਣ ਦੀ, ਫਿਰ ਨਾ ਤਨਕੀਦ ਹੋਏਗੀ ਨਾ ਸਾਨੂੰ ਮੌਕਾ ਮਿਲੇਗਾ ਤਨਕੀਦ ਕਰਨ ਦਾ, ਫਿਰ ਤਰੀਫ ਹੀ ਤਰੀਫ। ਬਹੁਤ ਸ਼ੁਕਰੀਆ ਸਰ, ਤੁਸੀਂ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ। ਅੱਛਾ ਜੀ, ਅੱਜ ਦੀ ਵੀਡੀਓ ਖਾਸ ਤੌਰ ਤੇ ਹਲਿਆਂ ਨੇ ਵਿਸ਼ਵਾਸ ਵਾਸਤੇ ਹੀ, ਅੱਜ ਦੀ ਵੀਡੀਓ ਸਾਰੇ ਦੋਸਤ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। ਅੱਲਾ ਹਾਫਿਜ਼।